हाँ जी दोस्तों सत श्री अकाल, मैं साहिब सिंह विरक नाभा। दोस्तों आपां पहुंचे हाँ अडानी एगरी लॉजिस्टिक लिमिटेड, जिहड़ा कि डगरू दे नेड़े बनया होया, बड़ा वड्डा वाढाकारी जिहड़ा साइलो बनया होया। तो इत्थे जेकर आपां किसानां नूं वेखीए तां किसान वड्डी गिणती च पहुंचे होए ने, अपनी फसल लैके, कणक दी फसल लैके आए ने, लाइनां लगियां होईयां ने दोनों पासे, इधर दूजे पासे भी लाइनां लगियां होईयां ने, इस पासे भी लाइनां लगियां होईयां ने। तो किसान आ रहे हैं, आप इन्हां नाल गल्लबात करते हैं, तुसी विचार जरूर सुनियो किसान की कहिंदे ने इस मामले च। आप देख सकते आप कणक लियांदी होई है बाईआं ने। बाई जी की नाम तुहाडा? मेरा मोला सिंह। भोला सिंह, भोला सिंह जी, इत्थे लियाउण च आपां नूं किन्ना किन्ना क फायदा हुंदा है, जिवें कणक दा रेट दा जां इह वधिया कम्म दा? वधिया, कणक वढ के लियांदा, छड दिंदा टाइम नाल, बंदा तुर पैंदा घरे टाइम नाल। रेट दा फर्क हैगा भाजी कोई? भाजी रेट का कोई फर्क नहीं गा जी, सरकारी रेट ही मिलता वा। जिमीदार नूं इह च बचत इह है वी जिवें जिहड़ी सानूं उत्थे लेबर पैंदी आ 4 रुपये 72 पैसे गट्टा, वह बच रहा वा, होर मतलब कि कोई फायदा नहीं गा। कई बार इदा हुंदा हुण बंदा 4 घंटे इत्थे खड़ा रहिंदा, वह मतलब कि मोक्चर कढ दिंदे वाधा ते वापस जाणा पैंदा। खज्जल खवारी भी बहुत ते सुख भी बहुत आ, दोने वेखीए ते पहलू ठीक भी आ ते नहीं भी, कोई फर्क नहीं गा, है सरकारी रेट ही आ। किन्ने समय च मतलब क्यों हो जाता है खाली हो जाती? मैं जी रात आया सीगा, 1:15 आया सी इत्थे, आके खड़ा सी लाइन दे विच, ते सुबह 5:30 गया जी मैं। तुसीं आप हिसाब ला लो किन्ना टाइम लग गया मैनूं, 5-6 घंटे तुहाडे लई लग जांदा जी। हुण मैं आया, हुण मैनूं 1/2 घंटा ही होया, हुण मतलब कि मैं 1/2 घंटे 'च वेला हो जूंगा। ते आपां इत्थे होर नौजवान खड़े ने, बाई जी तुसीं ट्राली लै के आए हो? ट्राली लै के? हाँ जी बाई जी। किहड़े पिंड तों? हरगी वाला पिंड जी। ਕੀ ਫਾਇਦਾ ਇੱਥੇ ਜਿਵੇਂ ਤੁਹਾਨੂੰ ਆਉਣ ਨਾਲ ਕੀ ਫਾਇਦਾ? ਫਾਇਦਾ ਆਪਾਂ ਨੂੰ ਇਹ ਹੈ ਜੀ, ਆਪਣੀ ਹੁਣ ਇੱਥੇ ਆਪਣਾ ਮੋਚਰ ਆਉਂਦਾ ਤਾਂ ਆਪਾਂ ਜਾਂਦੇ ਲਾ ਕੇ ਮੁੜ ਸਕਦੇ ਹਾਂ, ਆਪਾਂ ਨੂੰ ਮੰਡੀਆਂ 'ਚ ਜਿਹੜੀ ਖੱਜਲ ਖੁਆਰੀ ਹੁੰਦੀ ਆ ਉਹ ਤੋਂ ਬਚ ਸਕਦੇ ਹਾਂ। ਇੱਥੇ ਦਾਣਾ ਦਾਣਾ ਸਾਰਾ ਲੈਂਦਾ ਜੀ, ਆਪਣਾ ਮੋਚਰ ਆਉਣਾ ਚਾਹੀਦਾ, ਜੇ ਮੋਚਰ ਨਹੀਂ ਆਉਂਦਾ ਫਿਰ ਆਪਣੀ ਖੱਜਲ ਖੁਆਰੀ ਬਾਹਲੀ ਹੁੰਦੀ ਹੈ ਜੀ। ਝਾੜ ਭਾਜੀ ਲਿਆ ਕੇ ਦੇਖੋ ਤੁਸੀਂ, ਲੈਣ ਦੇਖੋ ਕਿੱਡੀ ਲੰਮੀ ਆ, ਜੇ ਮਾਲਾ ਸਿਰੇ ਵਾਲੇ ਦੀ ਇੱਥੇ ਮੋਚਰ ਨਾ ਆਇਆ ਮੁੜ ਕੇ, ਉਹਨਾਂ ਨੂੰ ਬਹੁਤ ਖੱਜਲ ਖੁਆਰੀ ਹੁੰਦੀ ਆ, ਇਹ ਜਾਣੀ ਕਿ ਫਾਇਦਾ ਅਤੇ ਨੁਕਸਾਨ ਵੀ ਹੈ ਜੀ। ਝਾੜ ਕਿੰਨਾ ਕਰ ਰਿਹਾ? ਝਾੜ ਤਾਂ ਐਤਕੀ 40-45 ਇੱਥੇ ਹੀ ਦੱਸ ਰਹੇ, 16-17 ਕੁਇੰਟਲ ਦਾ ਐਵਰੇਜ ਲਗਭਗ। ਹਾਂਜੀ 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 ਹਾਂਜੀ। ਆੜਤੀ ਨੇ ਤੁਹਾਨੂੰ ਭੇਜਿਆ ਜਾਂ ਆਪਣੀ ਮਰਜ਼ੀ? ਆੜਤੀ ਨੇ ਭੇਜਿਆ ਜੀ। ਹਾਂਜੀ। ਉਹ ਪਰਚੀ ਵਗੈਰਾ ਦਿੰਦੇ? ਪਰਚੀ ਦਿੰਦੇ ਯਾਰ, ਉਹਦੇ ਬਿਨਾਂ ਲੈਂਦੇ ਹੀ ਨਹੀਂ ਗਏ। ਹਾਂਜੀ, ਹੁਣ ਮੇਰੀ ਪਰਚੀ ਆ ਰਹੀ ਸੀ, ਮੈਨੂੰ ਇਹਨਾਂ ਨੇ ਸਾਈਡ 'ਤੇ ਲਾਤਾ, ਕਹਿੰਦੇ ਤੇਰੀ ਪਰਚੀ ਆਊਗੀ ਫਿਰ ਤੈਨੂੰ ਜਾਣ ਦੇਣਾ। ਆੜਤੀ ਦੇ ਥਰੂ ਹੀ ਲੈਂਦਾ ਜੀ, ਹੁਣ ਸਿੱਧਾ ਨਹੀਂ ਲੈ ਰਿਹਾ। ਠੀਕ ਹੈ, ਯਾਨੀ ਆੜਤੀ ਨੂੰ ਆੜਤ ਮਿਲੇਗੀ ਉਹਦੀ? ਮਿਲੇਗੀ। ਠੀਕ ਹੈ। ਅਤੇ ਭਾਜੀ ਜਿਵੇਂ ਆਪਾਂ ਦਿੱਲੀ ਜਿਹੜਾ ਕਿਸਾਨ ਧਰਨਾ ਸੀ, ਦਿਲ ਅੰਦੋਲਨ ਹੋਇਆ ਅਡਾਨੀਆਂ ਦੇ ਇਹਨਾਂ ਕਾਰੋਬਾਰੀਆਂ ਦੇ ਖਿਲਾਫ਼, ਹੀ ਉਹ ਧਰਨਾ ਸੀ ਲਗਭਗ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਕਿਸਾਨ 1 ਸਾਲ ਲਗਾਤਾਰ ਉੱਥੇ ਵਿਚਾਰੇ, ਕਈ ਬਜ਼ੁਰਗ ਜਾਂ ਨੌਜਵਾਨ ਮਰ ਵੀ ਗਏ ਨੇ, ਅਤੇ ਉੱਥੇ ਬੜਾ ਰੁਲੇ ਨੇ, ਠੰਡ ਗਰਮੀ ਸਿਆਲ ਉੱਥੇ ਉਹਨਾਂ ਨੇ ਕੱਟਿਆ। ਹਾਂਜੀ, ਉਹ ਤਾਂ ਹੈ ਜੀ, ਪਰ ਉਹ ਜਿਹੜੀਆਂ ਸਰਕਾਰਾਂ ਜਿਵੇਂ ਕਰ ਰਹੀਆਂ ਸੀ ਉਹਦੇ ਆਪਾਂ ਨੂੰ ਫਿਰ ਲੜਨਾ ਤਾਂ ਪੈਣਾ ਹੀ ਸੀਗਾ ਜੀ। ਹੁਣ ਆਪਾਂ ਨੂੰ ਆਪਣੀ ਖਤਮ ਕਰ ਰਹੇ ਸੀ MSP, ਠੀਕ ਹੈ ਜੀ, ਆਪਣੀਆਂ ਖਰੀਦਣੀ ਸੀ ਕਰਨਾ ਚਾਹੁੰਦੇ, ਸਿੱਧਾ ਆਪ ਲੈਣੀ ਚਾਹੁੰਦੇ ਸੀਗੇ, ਇਸ ਕਰਕੇ ਆਪਾਂ ਉੱਥੇ ਸੰਘਰਸ਼ ਲੜਿਆ ਜੀ, ਅਤੇ ਆਪਾਂ ਜਿੱਤ ਵੀ ਕੀਤੀ ਆ। ਸੋ ਹੁਣ ਜੇ ਆਪਾਂ ਨੂੰ ਸਰਕਾਰਾਂ ਸਹੀ ਚੱਲਣਗੀਆਂ ਤਾਂ ਆਪਾਂ ਸਹੀ ਰਵਾਂਗੇ, ਨਹੀਂ ਆਪਾਂ ਫਿਰ ਉੱਥੇ ਜਾ ਕੇ ਧਰਨੇ ਲਾਣਗੇ ਜੇ ਖਰਾਬ ਕਰਨਗੇ ਕੁਛ। ਠੀਕ ਹੈ, ਯਾਨੀ ਜੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਮੰਡੀਆਂ ਖਤਮ ਕਰ ਦੇਣ, ਕਿਉਂਕਿ ਆਪਾਂ ਲਾਲਚ ਨਾਲ ਆਪਾਂ ਇੱਧਰ ਨੂੰ ਆਉਣਾ। ਪਰ ਮੰਡੀਆਂ ਖਤਮ ਨਹੀਂ ਹੋ ਸਕਦੀਆਂ, ਕਿਉਂਕਿ ਹੁਣ ਆੜਤੀ ਦੇ ਥਰੂ ਹੀ ਵਿਕ ਰਿਹਾ ਜੀ, ਜਦੋਂ ਆਪਣੇ ਆੜਤੀਆਂ ਦੇ ਆਪਾਂ ਨਾਲ ਖੜਾਂਗੇ ਅਤੇ ਆੜਤੀ ਆਪਣੇ ਨਾਲ ਵੀ ਖੜਨਗੇ ਜੀ, ਇਸ ਕਰਕੇ ਮੰਡੀ ਨਹੀਂ ਖਤਮ ਹੋਊਗੀ। ਆਪਾਂ ਸਿੱਧੀ ਲਿਆ ਕੇ ਸਿੱਟਾਂਗੇ ਫਿਰ ਮੰਡੀ ਖਤਮ ਹੋਊਗੀ, ਜਿੰਨਾ ਚਿਰ ਆੜਤੀਆਂ ਚੱਲੂਗਾ ਉਨਾ ਚਿਰ ਮੰਡੀ ਨਹੀਂ ਖਤਮ ਹੁੰਦੀ। ਆਪਾਂ ਮੰਡੀਆਂ 'ਚ ਕਣਕ ਬਹੁਤ ਪਈ ਆ, ਠੀਕ ਹੈ, ਮੰਡੀਆਂ ਭਰੀਆਂ ਹੋਈਆਂ, ਅਤੇ ਅਸੀਂ ਸਾਡਾ ਸਵਾਲ ਇਹੀ ਸੀ ਮੇਨ ਵੀ ਜਿਹੜੇ ਆੜਤੀ ਨੇ ਤੁਸੀਂ ਉਹਨਾਂ ਦੀ ਪਰਚੀ ਲੈ ਕੇ ਆ ਰਹੇ ਹੋ? ਹਾਂ, ਆੜਤੀ ਦੀ ਪਰਚੀ ਆ ਚੱਲੂਗੀ, ਅਤੇ ਇੱਥੇ ਗੇਟ 'ਤੇ ਸਾਰਾ ਕੁਝ ਪਾਸ ਹੁੰਦਾ, ਉਸ ਤੋਂ ਬਾਅਦ ਮੋਚਰ ਹੁੰਦਾ, ਉਸ ਤੋਂ ਬਾਅਦ ਇਹ ਲਾਉਂਦੇ ਆ, ਉਦੋਂ ਪਹਿਲਾਂ ਨਹੀਂ ਲਾਉਂਦੇ। ਇੱਥੇ ਆਪਾਂ ਹੋਰ ਕਿਸਾਨਾਂ ਨਾਲ ਇੱਥੇ ਗੱਲਬਾਤ ਕਰਦੇ ਹਾਂ, ਤੁਸੀਂ ਲਾਈਨ ਵੇਖ ਸਕਦੇ ਹੋ, ਲਾਈਨ ਦਿਖਾਈ ਜਾਵੇ ਬਾਈ ਜੀ, ਵੀ ਕਿਸਾਨ ਕਿੰਨੀ ਵੱਡੀ ਗਿਣਤੀ 'ਚ ਇੱਥੇ ਖੜ੍ਹੇ ਨੇ। ਅਤੇ ਇਹ ਰਾਤ ਦੇ ਕੁਛ ਕਿਸਾਨ ਨੇ ਜਿਹੜੇ ਰਾਤ 1 ਵਜੇ ਦੇ ਆਏ ਨੇ, ਸਵੇਰੇ 6 ਵਜੇ ਇਹਨਾਂ ਦਾ ਵਿਹਲੀ ਹੋਈ ਹੈ ਟਰਾਲੀ, ਅਤੇ ਆਪਾਂ ਇੰਨੀ ਲੰਬੀ ਲਾਈਨ ਦੇਖ ਸਕਦੇ ਹਾਂ ਬੜੀ, ਜੇ ਕਹਿ ਲਈਏ ਸ਼ਾਮ ਤੱਕ ਇਹਨਾਂ ਨੂੰ ਰਾਤ ਹੋ ਜਾਣੀ ਹੈ। ਆਪਾਂ ਇੱਥੇ ਇੱਕ ਨੌਜਵਾਨ ਹੋਰ ਆਇਆ, ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਬਾਈ ਜੀ ਨਾਮ ਕੀ ਹੈ? ਸੁਖਪ੍ਰੀਤ ਸਿੰਘ ਜੀ। ਸੁਖਪ੍ਰੀਤ, ਕਿੱਥੋਂ ਆਏ ਤੁਸੀਂ? ਡਗਰੂ ਤੋਂ ਜੀ। ਡਗਰੂ ਤੋਂ ਹੀ ਹੋ? ਅੱਛਾ, ਤੁਹਾਨੂੰ ਆੜਤੀਆਂ ਨੇ ਭੇਜਿਆ ਆਪਣੀ ਮਰਜ਼ੀ ਨਾਲ? ਆੜਤੀਆਂ ਨਾਲ ਹੀ। ਹਾਂਜੀ। ਝਾੜ ਕਿਵੇਂ ਦਾ ਬਾਜੀ ਹੁਣ? ਝਾੜ ਠੀਕ ਹੈ ਜੀ, ਅੱਗੇ ਨਾਲੋਂ ਘੱਟ ਹੈ ਜੀ। ਘੱਟ ਆ ਰਿਹਾ ਨਾ, ਕਾਫੀ ਫਰਕ ਹੈ। ਹਾਂਜੀ ਹਾਂਜੀ। ਜ਼ਮੀਨ ਆਪਣੀ ਹੈ ਠੇਕੇ ਤੇ? ਆਪਣੀ ਹੈ ਜੀ। ਹਾਂਜੀ। ਕਿੰਨੇ ਗਵਾਂਢ 'ਚ ਕਰ? 20 ਕਿੱਲੇ ਆ ਜੀ ਆਪਣੇ, 20 ਏਕੜ 'ਚ। ਅੱਛਾ ਭਾਜੀ, ਜਿਵੇਂ ਝਾੜ ਘੱਟ ਆ ਰਿਹਾ, ਤੁਹਾਨੂੰ ਲੱਗਦਾ ਇਸ ਵਾਰੀ ਕਾਫੀ ਜ਼ਿਆਦਾ ਤੜਕਾ ਲੱਗੇਗਾ? ਹਾਂਜੀ ਲੱਗੂਗਾ ਜੀ, ਨੁਕਸਾਨ ਹੋਏਗਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਅੱਛਾ ਭਾਜੀ, ਜੇ ਆਪਾਂ ਗੱਲ ਕਰੀਏ ਕਿਸਾਨੀ ਅੰਦੋਲਨ ਦੀ,
एक साल तो वधेरे समा आपां उत्थे बैठे रहे हां दिल्ली, तुहाडे वर्गे बच्चे नौजवान भी सन जिहड़े सारा साल उत्थे रह गए ने, तुसीं भी गए सो? हाँ जी हाँ जी, धरने च गए सो, आपां ए वड्डे घराणियां दे खिलाफ सी ना अंदोलन? हाँ जी हाँ जी, नहीं नहीं सरकार दे खिलाफ सी गई। हाँ जी जी, जिहड़ियां सरकारां ने लोकां दा कहना जिवें 22 लाख सधाणे होरां ने भी रात अपनी वीडियो पाई सी भी आपां जिहड़े अंबानी अडानी ने ਕਿਤੇ ਆਪਾਂ ਉਹਨਾਂ ਦੇ ਚੁੰਗਲ 'ਚ ਤਾਂ ਨਹੀਂ ਆ ਜਾਵਾਂਗੇ, ਤੁਹਾਨੂੰ ਲੱਗਦਾ ਜਾਂ ਆਪਾਂ ਬਚੇ ਰਵਾਂਗੇ ਆੜ 'ਤੇ ਆਪਣੀ ਮਰਜ਼ੀ ਨਾਲ ਆਪਾਂ ਆਜ਼ਾਦੀ ਨਾਲ ਵੇਚਾਂਗੇ ਫਸਲ? ਹਾਂਜੀ ਹਾਂਜੀ, ਫਿਲਹਾਲ ਤਾਂ ਅੰਦੋਲਨ ਦੇ ਕਰਕੇ ਬਚ ਹੀ ਗਏ ਜੀ ਥੋੜ੍ਹਾ ਜਿਹਾ, ਅੱਗੇ ਤਾਂ ਕੋਈ ਪਤਾ ਨਹੀਂ ਗਾ ਆਪਦੇ 'ਤੇ ਆਈ। ਹਾਂਜੀ, ਵੈਸੇ ਜੇ ਹੁਣ ਆਪਾਂ ਵੇਖੀਏ ਆੜ 'ਤੇ ਪਰਚੀ ਦੇ ਦਿੰਦੇ ਨੇ, ਤੁਸੀਂ ਆਣ ਕੇ ਇੱਥੇ ਆਰਾਮ ਨਾਲ ਲਾ ਜਾਂਦੇ ਹੋ, ਇਹ ਸਿਸਟਮ ਗਲਤ ਤਾਂ ਨਹੀਂ ਤਾਂ ਠੀਕ ਹੈ? ਹਾਂਜੀ, ਦੇਖੋ ਜੀ ਕਈਆਂ ਲਈ ਠੀਕ ਵੀ ਹੈ, ਕਈਆਂ ਲਈ ਗਲਤ ਵੀ ਹੈ ਜੀ। ਹਾਂਜੀ, ਤੁਸੀਂ ਕਦੋਂ ਕਦੇ ਖੜ੍ਹੇ ਹੋ ਇੱਥੇ? ਬਸ ਸਾਨੂੰ ਅੱਧਾ ਘੰਟਾ ਹੋਇਆ ਜੀ ਇੱਥੇ ਆਏ ਨੂੰ। ਜਾਣੀ ਅੱਗੇ 5 ਘੰਟੇ ਲੱਗ ਜਾਣਗੇ? ਹਾਂਜੀ, 4 ਘੰਟੇ ਲੱਗ ਗਏ ਨੇ ਆਰਾਮ ਨਾਲ। ਅਤੇ ਜੇ ਕੰਪੈਨ ਚੱਲਦੀ ਹੋਵੇ ਨਾਲ ਦੀ ਨਾਲ, ਫਿਰ ਟਰਾਲੀਆਂ ਦੀ ਦਿੱਕਤ ਨਹੀਂ ਆਉਂਦੀ? ਆਉਂਦੀ ਹੈ ਜੀ, ਉਹ ਤਾਂ ਹੁੰਦੀਆਂ ਟਰਾਲੀਆਂ ਕੀਤੀਆਂ ਹੁੰਦੀਆਂ, ਪਹਿਲਾਂ ਹੀ ਕਰਕੇ ਰੱਖੀਆਂ ਹੁੰਦੀਆਂ। ਸੋ ਜੇਕਰ ਇਸ ਗੱਲ ਨੂੰ ਇੱਕ ਹੋਰ ਪੱਖ ਤੋਂ ਵੀ ਵੇਖਿਆ ਜਾਵੇ ਤਾਂ ਕਿਤੇ ਨਾ ਕਿਤੇ FSI ਆਪਣੇ ਪੈਰ ਪਿੱਛੇ ਖਿੱਚ ਰਹੀ ਹੈ, ਅਤੇ ਆਉਣ ਵਾਲੇ ਸਮੇਂ 'ਚ ਜਨਤਕ ਵੰਡ ਪ੍ਰਣਾਲੀ ਤਹਿਤ ਜਿਹੜੀ ਕਣਕ ਜਾਂ ਅਨਾਜ ਵੰਡਿਆ ਜਾਂਦਾ ਉਸ ਦੇ ਉੱਪਰ ਵੀ ਕੋਈ ਨਾ ਕੋਈ ਅਸਰ ਪਵੇਗਾ। ਇਸ ਦੇ ਨਾਲ ਨਾਲ ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚੋਂ ਪੰਜਾਬ ਨੂੰ ਦਰਕਿਨਾਰ ਕੀਤਾ ਜਾ ਰਿਹਾ, ਉੱਥੇ ਹੋਰ ਸਟੇਟਾਂ ਦੇ ਲੋਕ ਰੱਖੇ ਜਾ ਰਹੇ ਨੇ, ਚੰਡੀਗੜ੍ਹ ਸਾਡੇ ਤੋਂ ਖੁੱਸ ਚੁੱਕਿਆ ਹੈ। ਇਸ ਦੇ ਨਾਲ ਨਾਲ ਪੰਜਾਬ ਜਦੋਂ ਅਲੱਗ ਹੋਇਆ, ਜਦੋਂ ਪੰਜਾਬ ਦੇ 2 ਟੁਕੜੇ ਹੋਏ ਨੇ, ਉਸ ਤੋਂ ਬਾਅਦ 'ਚ ਹਿਮਾਚਲ ਵੀ ਨਿਕਲ ਗਿਆ, ਹਰਿਆਣਾ ਵੀ ਨਿਕਲ ਗਿਆ, ਹੁਣ ਲੱਗਦਾ ਪੰਜਾਬ ਦਾ ਵੀ ਕੁਛ ਨਾ ਕੁਛ ਭਾਗ ਜਿਹੜਾ ਉਹ ਕੱਟ ਸਕਦਾ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਪੰਜਾਬ ਨਾਲ ਚਾਰੇ ਪਾਸਿਓਂ ਧੱਕਾ ਹੋ ਰਿਹਾ। ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਜਿਵੇਂ ਕਿਸਾਨ ਵੀਰ ਖੜ੍ਹੇ ਨੇ ਆਪਣੀ ਫਸਲ ਲੈ ਕੇ ਆਏ ਨੇ, ਕਿੰਨੇ ਕਿੰਨੇ ਘੰਟੇ ਇੱਥੇ ਲੱਗ ਰਹੇ ਨੇ, ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਨਾਲ ਫਾਇਦਾ ਇੰਨਾ ਕੁ ਹੈ ਕਿ ਜਿਹੜੀ ਘੁੰਡੀ ਵਗੈਰਾ ਹੁੰਦੀ ਹੈ ਜਾਂ ਸਾਫ਼ ਸਫਾਈ ਦੇ ਜਿਹੜੇ ਉਹ ਖਰਚੇ ਮਾਮੂਲੀ ਬਚ ਜਾਂਦੇ ਨੇ, ਰੇਟ ਉਹੀ ਸਰਕਾਰ ਵਾਲਾ ਆੜ੍ਹਤੀਆ ਪਰਚੀ ਦਿੰਦਾ, ਫਿਰ ਹੀ ਜਿਹੜੀ ਉਸ ਜਿਹੜੇ ਆਪਾਂ ਇਹਨਾਂ ਦੇ ਗੋਡਾਊਨ ਨੇ ਸਾਈਲੋ ਬਣੇ ਹੋਏ ਨੇ ਅਡਾਨੀ ਗਰੁੱਪ ਦੇ, ਤਾਂ ਫਿਰ ਹੀ ਇਹਨਾਂ ਦੇ ਵਿੱਚ ਜਿਹੜੀ ਹੈ ਫਸਲ ਉਤਾਰ ਸਕਦੇ ਨੇ ਕਿਸਾਨ।